जैसे कि मौसम बदल रहा है और लोगों के जानवर बीमार भी हो रहे हैं, ठीक है, नज़ला जुकाम वगैरह, तो ऐसे महसूस होता है जैसे जानवरों को बुखार टाइप है, ठीक है, क्योंकि रात का मौसम थोड़ा सा ठंडा होने लग गया है। तो बहुत सारे भाइयों के सवाल थे जी, सरदार भाई से पूछें, रात के वक्त जानवर जो है ओस पड़ती है, जिसको पंजाबी में त्रेल भी कहते हैं, तो जानवर थोड़े से ढीले हैं, गले का मसला बन रहा है, ज़ुकाम उनको लगा हुआ है, और आगे सर्दियाँ मतलब मौसम चेंज होना शुरू हो गया, तो उनकी खुराक चेंज कर अभी से कर दें, कब करनी है, क्या है, ठीक है, नज़ले ज़ुकाम का हल भी पूछ लेते हैं और ख़ुराक के मुतलक भी पूछ लेते हैं। मेरे साथ मौजूद हैं सरदार भाई, अस्सलाम वालेकुम जी। वालेकुम सलाम। सरदार भाई की हाल हैगा? अल्लाह रहमत भाई। अच्छा, तुम सुन तो लिया होना, ठीक है, कि एक जानवर जरा नज़ला ज़ुकाम हो रहा, बुखार हो रहा, ओदा हल कोई की है, दूसरा मौसम बदलन दे नाल कोई खुराक चेंज करनी चाहिए है कि हजे तकरीबन वही चलन दी है? अजय तो भाजन फिलहाल वही चलनी चाहिए है। सियालन ज्यादा एक टाइम जेडे मेरे दोस्त भरावा ने छत्तां ते शौक कीता घर च बन के पांदे, हां जी, वो तूड़ी बंडा इस्तेमाल कर देने, एक टाइम स्टाला इस्तेमाल कर, क्योंकि सुके दे नाल गिला भी है जरूरी आ, ते गिले दे नाल सुका भी उन्हां नूं जेड़ा पेट दे विच कुछ शै भी रहे, ठीक। सरदार भाई मेरे हिसाब नाल जिहड़े छत्तां ते रखे ना जानवर उन्हों अक्सर रूफ टॉप कहिंदे, ठीक है, छत दे उत्ते जिहड़े जानवर रखे आ उन्हां दे इह वा कि थल्ले हुंदी जगह पक्की, जानवर ने पेशाब कीता, फर्श जो भी हुंदा फर्श आ पक्की जगह जिहड़ी हुंदी ओह ठंडी हो जांदी है, जारी बात, ठीक है, और थल्लों भी जानवर नूं सर्दी महसूस हुंदी है, ठंडक महसूस हुंदी है, इसलिए अक्सर देखिया गया सर्दियों के विच जिहड़े लोकां ने घरां च जानवर रखे आ ओह ठंड बहुत महसूस करदे आ, ਉਹਨਾਂ ਨੂੰ ਮਸਲੇ ਬਹੁਤ ਹੁੰਦੇ, ਠੀਕ ਹੈ, ਤੇ ਗਰਮੀਆਂ 'ਚ ਜੇ ਰੱਖੇ ਹੁਣ ਗਰਮੀਆਂ 'ਚ ਥੱਲੋਂ ਫਰਜ਼ ਤਪਿਆ ਹੁੰਦਾ ਉਹ ਤੋਂ ਛੱਤ ਦਾ ਸੇਕ ਹੁੰਦਾ ਥੱਲੋਂ ਫਰਜ਼ ਤਪਿਆ ਹੁੰਦਾ, ਸਾਰੀ ਬਾਤ ਮੌਸਮ ਯਾਨੀ ਕਿ ਉਹਨਾਂ ਕੋਲ ਬਰਦਾਸ਼ਤ ਨਹੀਂ ਕੀਤਾ ਜਾਂਦਾ, ਇਹਦੇ ਵਾਸਤੇ ਮੇਰੇ ਖਿਆਲ ਨਾਲ ਬਿਹਤਰ ਜਿਹੜੀ ਮਿੱਟੀ ਹੈਗੀ ਆ ਉਹ ਮੌਸਮ ਦਾ ਜਿਹੜਾ ਜਾਂ ਟੈਂਪਰੇਚਰ ਦਾ ਜਿਹੜਾ ਉਹਨੂੰ ਜਜ਼ਬ ਕਰਦੀ ਹੈ ਅਤੇ ਕੰਟਰੋਲ ਕਰਦੀ ਹੈ, ਠੀਕ ਹੈ ਜੀ, ਬੱਕਰੀ ਦੀ ਜ਼ਾਤ ਥੱਲੇ ਹਮੇਸ਼ਾ ਕੱਚਾ ਹੀ ਹੋਣਾ ਚਾਹੀਦਾ, ਕਿਉਂਕਿ ਅਕਸਰ ਜੇ ਤੁਸੀਂ ਸਰਦੀਆਂ 'ਚ ਵੀ ਜਾਨਵਰ ਬੰਨੇ ਆ ਥੱਲੇ ਕੱਚੀ ਜਗ੍ਹਾ ਵਾ ਉਹਨਾਂ ਨੇ ਪਿਸ਼ਾਬ ਵਗੈਰਾ ਕਰਨਾ ਤੇ ਉਹ ਮਿੱਟੀ ਨੇ ਪੀ ਲੈਣਾ ਵਾ, ਖੁਸ਼ਕ ਹੋ ਜਾਣਾ, ਸਾਰੀ ਬਾਤ, ਠੀਕ ਹੈ, ਪੱਕੇ ਤੇ ਖੁਸ਼ਕ ਨਹੀਂ ਹੋਣਾ, ਉਹਨੇ ਥੱਲੋਂ ਫਰਜ਼ ਠੰਡਾ ਕਰ ਦੇਣਾ, ਜਾਨਵਰ ਨੇ ਠੰਡੇ ਤੇ ਬਹਿਣਾ ਤੇ ਬਿਮਾਰ ਹੋ ਜਾਣਾ ਉਹਨੇ, ਠੀਕ ਹੈ। ਦੂਸਰਾ ਮੌਸਮ ਬਦਲ ਰਿਹਾ ਵਾ, ਠੀਕ ਹੈ, ਮੌਸਮ ਬਦਲਣ ਨਾਲ ਜਾਨਵਰਾਂ ਨੂੰ ਜ਼ੁਕਾਮ ਨਜ਼ਲਾ ਵਗੈਰਾ ਖਾਂਸੀ ਹਲਕਾ ਜਾਂ ਬੁਖਾਰ, ਤੇ ਇਹਦਾ ਕੋਈ ਗੋਲੀ ਸ਼ੋਲੀ ਕੋਈ ਦੇਸੀ ਇਲਾਜ ਕੋਈ ਕਿਹੜਾ ਕੋਈ ਮਸਾਲਾ ਮਸੂਲਾ ਕੋਈ ਨੁਸਖਾ ਦੇਈਏ ਉਹਨਾਂ ਨੂੰ ਕਿ ਚਲੋ ਕਿ ਜਿਹੜਾ ਨਜ਼ਲਾ ਨੁਜ਼ਲਾ ਲੱਗ ਰਿਹਾ ਠੀਕ ਹੋ ਜਾਵੇ? ਇਹਨਾਂ ਨੂੰ ਇੱਕ ਤਾਂ ਸੈਪਟਰੋਨ ਜਿਹੜਾ ਸੀਰਪ ਹੁੰਦਾ, ਹਾਂਜੀ, ਉਹ ਦਿੱਤਾ ਜਾਵੇ ਨਜ਼ਲੇ ਜ਼ੁਕਾਮ ਵਾਸਤੇ, ਯਾਨੀ ਕਿ ਉਹ ਬੰਦਾ ਲਿਆ ਕੇ ਰੱਖ ਲਵੇ ਕੋਈ ਜਾਨਵਰ ਜਿਹੜਾ ਢਿੱਲਾ ਲੱਗਾ ਉਹਨੂੰ ਦੇ ਦੇ, ਢਿੱਲਾ ਮੱਠਾ ਹੋਵੇ ਉਹਨੂੰ 5 cc ਦੇ ਸਕਦਾ ਬੱਕਰੀ, 5 cc, ਹਾਂਜੀ, ਵੱਡੇ ਜਾਨਵਰ ਨੂੰ ਜੀ, ਠੀਕ, ਆਮ ਤੌਰ ਬੱਕਰੀ ਨੂੰ, ਠੀਕ ਜੇ ਕੋਈ ਬੱਚਾ ਵਾ 2-3-4 ਮਾਹ ਤੱਕ 5 ਮਾਹ ਤੱਕ ਉਹਨੂੰ 3 cc ਦੇ ਦਿੱਤਾ, ਠੀਕ ਹੋ ਗਿਆ ਜੀ, ਤੇ ਬਕਾਇਆ ਜਿਹੜਾ ਵਾ ਬੁਖਾਰ ਬਖੂਰ ਇਹ ਵੋ ਇਹ ਤਾਂ ਡਾਕਟਰ ਕੋਲੋਂ ਵੀ ਨਾਮ ਪਵਾ ਲੈਂਦਾ ਜੀ, ਅਗਰ ਜ਼ਿਆਦਾ ਜਾਨਵਰ 8-10-15 ਜਾਨਵਰ ਆਪਣੇ ਘਰ ਹੀ ਸ਼ੌਕ ਤੇ ਰੱਖੇ ਜੀ ਜੀ, ਤੇ ਉਹਦਾ ਆਪਣਾ B12 ਤੇ ਟੈਰੋਮਾਈਸੀਨ, B12 ਤੇ ਟੈਰੋਮਾਈਸੀਨ ਦੋ ਇੰਜੈਕਸ਼ਨ ਜਿਹੜੇ ਆ ਨਾ, ਹਾਂਜੀ, ਇਹ 3-3 cc ਜੀ ਲਗਾ ਸਕਦੇ ਜਾਨਵਰ ਦੇ, ਇਨਸ਼ਾਅੱਲਾ ਬੁਖਾਰ ਜਿਹੜਾ ਨਾ B12 ਤੇ ਟੈਰੋਮਾਈਸੀਨ, ਠੀਕ ਹੈ, ਹਾਂਜੀ, ਇਹ ਕਿੰਨੇ ਸੀਸੀ? 3-3 cc ਉਹਨੇ ਇੰਜੈਕਸ਼ਨ ਲਾਣੇ ਤੇ ਬੁਖਾਰ ਠੀਕ ਹੋ ਜੂ, ਠੀਕ ਹੋ ਗਿਆ ਜੀ, ਬਹੁਤ ਸ਼ੁਕਰੀਆ, ਤੇ ਲੋਕ ਮਾਸ਼ਾਅੱਲਾ ਬੜਾ ਯਾਨੀ ਕਿ ਕਹਿੰਦੇ ਕਿ ਐਪਰੀਸ਼ੀਏਟ ਕਰਦੇ ਆ, ਠੀਕ ਹੈ, ਹੌਸਲਾ ਦਿੰਦੇ ਕਿ ਠੀਕ ਹੈ ਜੀ, ਸਹੀ ਤੁਸੀਂ ਕੰਮ ਕਰ ਰਹੇ ਹੋ, ਤੇ